वही मेरे पापी ने भेजता मैंने। अच्छा डैडी ने भेजता है, डैडी ने क्यों भेजता? डैडी कहता खेती तो होनी नहीं उधर बगया। तो फिर तुम हम कणक बढ़ा आ गए पर तो खेती नहीं होती सद्या ना मैंने सर। हाँ डैडी कहता हूँ बढ़ा और सातों नहीं वढ़ी थी कहता पर कनेडा जाके कणक बढ़नी सीख ली। हाँ हाँ इतनी आई बी खेती करके गया मैं। ठीक है तुम क्यों पते जा जाने अस तो जाने नहीं चाहते ठंडा कनेडा जो कहना मैं कणक वड्डन ਦੇ ਲਈ ਆਇਆ ਚਲੋ ਮਜ਼ਾਕ ਕਰ ਰਹੇ ਨੇ ਨਾ ਬਈ ਮੈਂ ਤਾਂ ਦਿਹਾੜੀ ਕਰਦਾ ਇੱਥੇ ਕਿਵੇਂ ਦਿਹਾੜੀ ਕਰਦੇ ਫਿਰ ਭਰਾਵਾ ਇੱਥੇ ਕੰਮ ਨਹੀਂ ਚੱਲਦਾ ਚੱਲੀ ਜਾਂਦਾ ਚਾਰੇ ਪਾਸੇ ਚੱਲੀ ਜਾਂਦਾ ਸਾਰੇ ਚੱਲੀ ਜਾਂਦਾ ਕੀ ਕੰਮ ਕਰਦੇ ਹੋ ਮੈਂ ਵੀ ਤਾਂ ਪਲੰਬਰ ਦਾ ਹਾਂਜੀ ਪਲੰਬਰ ਦਾ ਜੀ ਨੌਕਰੀ ਨਹੀਂ ਮਿਲਦੀ ਨੌਜਵਾਨ ਕੀ ਕਰਨੇ ਯਾਰ ਬੇਚਾਰੇ ਬੇਰੁਜ਼ਗਾਰੀ ਦੇ ਮਾਰੇ ਪਏ ਆ ਕਿ ਹੁਣ ਮੇਰੇ ਨਾਲ ਬੈਠਾ ਕਿ ਜਮਾਂ ਬੇਰੁਜ਼ਗਾਰੀ ਦਾ ਮਾਰਿਆ ਪਿਆ ਪਤਾ ਨਹੀਂ ਕਿੰਨੀਆਂ ਡਿਗਰੀਆਂ ਕਰੀ ਬੈਠਾ ਇਹ ਕੋਈ ਹਿਸਾਬ ਵੀ ਨਹੀਂ ਯਾਰ ਮੇਰੀ ਐਮ ਏ ਬੀ ਐਡ ਐਮ ਐਡ ਤਾਂ ਨੌਜਵਾਨ ਦੇਖੋ ਆਪਣੀ ਜ਼ਿੰਦਗੀ ਦੇ 30 ਸਾਲ ਪੜ੍ਹਾਈ 'ਤੇ ਲਾਈ ਬੈਠਾ ਪਰ ਫਿਰ ਵੀ ਅੱਜ ਵਿਹਲਾ ਬੈਠਾ ਹੈ ਜੇਕਰ ਤੁਸੀਂ ਵਿਦੇਸ਼ ਜਾਂਦੇ ਤਾਂ ਉੱਥੇ ਨੌਕਰੀ ਮਿਲ ਜਾਂਦੀ ਹੁਣ ਤੱਕ ਸੈਟਲ ਹੋ ਜਾਂਦੇ ਵਿਦੇਸ਼ ਜਾਂਦੇ ਚਲੋ ਕੰਮ ਦੀ ਵੈਲਿਊ ਤਾਂ ਪੈਂਦੀ ਇੱਥੇ ਆਪਣੇ ਕੰਮ ਦੀ ਵੈਲਿਊ ਨਹੀਂ ਆਏਗੀ ਇੱਕ ਕੁਛ ਕੁ ਥੋੜ੍ਹਾ ਜਿਹਾ ਹੋਊਗਾ ਵੀ ਬਣਾ ਰੱਖਿਆ ਲੋਕਾਂ ਨੇ ਜਦੋਂ ਬਾਹਰ ਵਾਲੇ ਜਾ ਕੇ ਬਾਹਰ ਸ਼ੋਅ ਆਫ ਕਰਦੇ ਆ ਇੱਧਰ ਨੂੰ ਐਂ ਲੱਗਦਾ ਵੀ ਖਣੀ ਸਾਰਾ ਕੁਛ ਉੱਧਰ ਹੀ ਆ ਇਸ ਕਰਕੇ ਨੌਜਵਾਨ ਜਾਈ ਉੱਧਰ ਜਾ ਰਿਹਾ ਸਾਰੀ ਜਿਹੜਾ ਇੰਟੈਲੀਜੈਂਟ ਵਰਗ ਆ ਉਹ ਸਾਰਾ ਹੀ ਬਾਹਰ ਜਾ ਰਿਹਾ ਅਸੀਂ ਨੌਜਵਾਨ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਸਾਡੇ ਤੋਂ ਯਾਰ ਬੈਲੀ ਬਾਹਰ ਜਾ ਕੇ ਸਟੋਰੀ ਪਾਉਂਦੇ ਆ ਵਟਸਐਪ ਤੇ ਇੰਸਟਾਗ੍ਰਾਮ ਤੇ ਸਾਨੂੰ ਲੱਗਦਾ ਕਿ ਅਸੀਂ ਜਾਗੇ ਇਹ ਵੱਡਾ ਕਾਰਨ ਆ ਜਦੋਂ ਬਹਿਣ ਦਾ ਅਗਲਾ ਮਸਟੈਂਗ ਸਟੋਰੀ ਪਾ ਦਿੰਦਾ ਹੈਗਾ ਤੇਰੇ ਮੇਰੇ ਅੱਗੇ ਜਾ ਕੇ ਨਾਲ ਦਾ ਵੀ ਆ ਤਾਂ ਮਸਟੈਂਗ 'ਚ ਬਹਿ ਕੇ ਫਿਰ ਅੱਗੇ ਦੀ ਲੱਗਦੀ ਹੈ ਅਗਲੇ ਦੀ ਵੀ ਯਾਰ ਚੱਲ ਲਈਏ ਇੱਥੇ ਕੀ ਹੈਗਾ ਨਹੀਂ ਅਸੀਂ ਗੱਲਬਾਤ ਕੀਤੀ ਨੌਜਵਾਨਾਂ ਨਾਲ ਇਹ ਕਹਿਣਾ ਸੀ ਕਿ ਜਦੋਂ ਸਾਡਾ ਕੋਈ ਦੋਸਤ ਮਿੱਤਰ ਬਾਹਰ ਜਾਂਦਾ ਹੈ ਤਾਂ ਜੋ ਇੰਸਟਾਗ੍ਰਾਮ 'ਤੇ ਸਟੋਰੀ ਪਾਉਂ ਸਾਨੂੰ ਲੱਗਦਾ ਕਿ ਅਸੀਂ ਉੱਥੇ ਚੱਲ ਗਏ ਨਹੀਂ ਬਈ ਪੈਂਦਾ ਪ੍ਰਭਾਵ ਯਾਰ ਤੇ ਹੁਣ ਮੇਰੀ ਗੱਲ ਸੁਣ ਲੈ ਮੈਂ ਇੱਥੇ ਖੜਾ ਹੈਗਾ ਮੇਰੇ ਕੋਲ ਚੰਗੀ ਗੱਡੀ ਹੋ ਗਈ ਅਗਲਾ ਕੋ ਯਾਰ ਇਹਦੇ ਨਾਲ ਚੱਲੀਏ ਇਹਦੇ ਵਾਂਗੂ ਬਣੀਏ ਜਾਂ ਕੁਝ ਵੀ ਕਰੀਏ ਇਹਦੇ ਵਾਂਗੂ ਨਾ ਹੁਣ ਜੇ ਮੇਰੇ ਨਾਲ ਦਾ ਬਾਹਰ ਜਾ ਵੜਿਆ ਉਹਨੇ ਜਾ ਕੇ ਉੱਥੇ ਮਸਟੈਂਗ ਲੈ ਲਈ ਵੱਡੀ ਗੱਡੀ ਲੈ ਲਈ ਤੇ ਆਪਣੇ ਵੀ ਦਿਲ 'ਤੇ ਫੀਲ ਆਊਗਾ ਨਾਲ ਦੇ ਕਿਤੇ ਕਿਤੇ ਪ੍ਰਭਾਵ ਤਾਂ ਪੈਂਦਾ ਹੀ ਆ ਵੀ ਯਾਰ ਆਪਾਂ ਵੀ ਕੋਈ ਨਾ ਕੁਛ ਕਰੀਏ ਇਹਦੇ ਵਾਂਗੂ ਆਪਾਂ ਚੱਲੀਏ ਬਾਹਰ ਧੱਕੇ ਤਾਂ ਇੱਥੇ ਵੀ ਖਾਈ ਜਾਂਦੇ ਹੈਗੇ ਉੱਥੇ ਵੀ ਖਾਣੀ ਖਾਣੇ ਆ ਉੱਥੇ ਲਾਈਵ ਤਾਂ ਸੈੱਟ ਹੋਊਗੀ ਤੁਹਾਨੂੰ ਵੀ ਲੱਗਦਾ ਕਿ ਇਹੀ ਕਾਰਨ ਆ ਹਾਂ ਹਾਂ ਮੇਰੇ ਸੀ ਜ਼ਿਆਦਾਤਰ ਆਈ ਇਹ ਕਿਉਂਕਿ ਆਪਣੇ ਨੂੰ ਪਹਿਲਾਂ ਤੋਂ ਹੀ ਆਪਣੇ ਖੂਨ 'ਚ ਆ ਵੀ ਦੂਜੇ ਨੂੰ ਦੇਖ ਕੇ ਜ਼ਿੰਦਗੀ ਨੂੰ ਜਿਉਣਾ ਜਦੋਂ ਆਪਾਂ ਕਿਸੇ ਨੂੰ ਦੂਸਰੇ ਨੂੰ ਦੇਖਦੇ ਹਾਂ ਤਾਂ ਆਪਾਂ ਉਹਨਾਂ ਨੂੰ ਜ਼ਿਆਦਾ ਪੱਛਮੀ ਸੱਭਿਅਤਾ ਦਾ ਆਪਣੇ ਤੋਂ ਪਹਿਲੇ ਦਿਨ ਤੋਂ ਹੀ ਪ੍ਰਭਾਵ ਰਿਹਾ ਬਾਈ ਆਪਾਂ ਉਹਨਾਂ ਨੂੰ ਹੀ ਫੋਲੋ ਕਰਦੇ ਹਾਂ ਸਾਰਾ ਕੁਛ ਉਹਨਾਂ ਨੂੰ ਹੀ ਹੁਣ ਜਦੋਂ ਆਪਣੇ ਨੌਜਵਾਨ ਉੱਧਰ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਐਂ ਲੱਗਦਾ ਵੀ ਸ਼ਾਇਦ ਉੱਧਰਲੀ ਦੁਨੀਆ ਜ਼ਿਆਦਾ ਵਧੀਆ ਤਾਂ ਕਰਕੇ ਸਾਰੀ ਉੱਧਰ ਜਾਣਾ ਪਸੰਦ ਕਰਦੇ ਕਦੇ ਕਹਿ ਸੀ ਪੰਜਾਬ ਦਾ ਸੱਭਿਆਚਾਰ ਸਭ ਤੋਂ ਅਮੀਰ ਸੱਭਿਆਚਾਰ ਆ ਪਰ ਹੁਣ ਅੱਜ ਕੱਲ੍ਹ ਕੋਈ ਵੀ ਕੁੜਤਾ ਪਜਾਮਾ ਪਾਉਣਾ ਪਸੰਦ ਨਹੀਂ ਕਰ ਰਿਹਾ ਜਾਂ ਪੱਗ ਬੰਨ੍ਹਣੀ ਪਸੰਦ ਨਹੀਂ ਕਰ ਰਹੇ ਨੌਜਵਾਨ ਉਹੀ ਬਸ ਪੱਛਮੀ ਸੱਭਿਅਤਾ ਦਾ ਜ਼ਿਆਦਾ ਪ੍ਰਭਾਵ ਆ ਬਈ ਜ਼ਿਆਦਾ ਆਪਾਂ ਸ਼ੁਰੂ ਤੋਂ ਹੀ ਕਿਸੇ ਦੂਜੇ ਨੂੰ ਫੋਲੋ ਕਰਦੇ ਹਾਂ ਉਹ ਦੂਜੇ ਨੂੰ ਦੇਖ ਕੇ ਆਪਾਂ ਨੂੰ ਦੂਜੇ ਦੀ ਪੋਸ਼ਾਕ ਆਪਣੇ 'ਤੇ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਹਾਲਾਂਕਿ ਆਪਣੇ ਜਿਹੜੇ ਆਪਣੀ ਪੋਸ਼ਾਕ ਆ ਉਹਦਾ ਬਹੁਤ ਅਮੀਰ ਸੱਭਿਅਤਾ ਕੰਫਰਟੇਬਲ ਆ ਮੰਨ ਲਓ ਹੈ ਨਾ ਆਪਣੇ ਮੌਸਮ ਦੇ ਹਿਸਾਬ ਨਾਲ ਦੇਖ ਲਓ ਜਾਂ ਜਿਵੇਂ ਮਰਜ਼ੀ ਲੈ ਲਓ ਪਰ ਆਪਾਂ ਨੂੰ ਦੂਜੇ ਦੇ ਪ੍ਰਭਾਵ 'ਚ ਆਪਾਂ ਜ਼ਿਆਦਾ ਆਉਂਦੇ ਥੈਂਕ ਯੂ ਓਕੇ